अस्सलाम वालेकुम जी, मैं तुहाडा अपना अवैस घुमन सियालकोटी। अज गुजरात बेगा बाणिया चले सां, बड़ा वड्डा क्रिकेट का टूरनामेंट है। चौरी निसार साहब ने, चौरी खावर साहब ने बड़े वड्डे इंतजामात किए ने, यानी 14 मोटरसाइकिल इनाम दे विच और दीगर इनामात देने का ऐलान किया। बड़ी वड्डी गैदरिंग है, निकल लगे सां 10 मिनट टाइम है सी अजे, तो मैं 2 मिनट कोई तुहाडे नाल अपनी दिल की गल शेयर करने हैं। मेरे नाल छोटा भाई मुहम्मद अहमद घुमन ये बैठा है, तो मेरे खब्बे पासे चाचू शब्बीर साहब ने, इन्हों का तलक डुगरी पिंड तो है। मेरे वालद साहब ने उस पिंड माशाला सारी सर्विस की है, टीचर सन मेरे अबू हरी, तो इन दियाँ चाचू होर दियाँ मेरे अबू के नाल बड़िया अच्छिया यादा वाबस्ता ने। तो मेरे अबू के जेडे दोस्त ने, मैं उन्होंने बड़ी रिस्पैक्ट करना, बड़ी इज्जत करना, बड़े अदब की निगाह नाल वेखना, क्यों कि मेरे अबू दे यार ने। सो चाचू होर पूछने कि अबू होर की किस तरह की तबीयत सी, किस तरह की आदत सी, किस तरह की उन्हें सर्विस की, क्योंकि बंदे जो सामने होंगे ने फिर तो उन्होंने बड़ी तारीफ करते हैं, यानी तारीफा के पुल बन छड़ते हैं, लेकिन जो दुनिया तो टुर जाते हैं तो पता फिर लगता है कि लोग किहड़े लफ्ज़ां नाल याद करते हैं। जी चाचू जी, की हाल है? ठीक ठाक हो? जिंदगी कैसी गुजर रही? शुक्र अल्लाह पाक दा, माशाल्लाह दुआओं ने माशाल्लाह जी बड़ी खुशी हुई है। बूटा साहब दे साहबजादे नु मिल के और अल्लाह पाक उन्हां नु मजीद तरक्कियां नसीब करे। आमीन आमीन। ते उन्हां ने बड़ा अच्छा वक्त गुजारा। मैं खुद भी टीचर हां, माशाल्लाह, ते मैं बाहर पढ़ाना, ते जदों इत्थे आउणा ते उन्हां ने इंज सी जिवें भरा कीती वाली गल है, इस तरह के मैं सुनूं ते बगैर उन्हां दा भी साडा भी टाइम नहीं गुजरदा ते उन्हां दा भी नहीं। वाह जी वाह, वाह जी। नाल उन्दे कभी साहब सन टीचर, माशाल्लाह, बड़ा मजा आउंदा सी उन्हां नाल। बाहरों मेरे मेहमान टीचर आउंदे सन, ओह वी उन्हां नूं मिलदे सन जी। ते माशाल्लाह तारीफ ते अल्लाह ताला दी ज़ाती है, लेकिन एज ए ह्यूमन, एज ए इंसान जिन्नी उन्हां दी कीती जाए घट। इन जी गल, अल्लाह पाक उन्हां दे दर्जात बुलंद करे। कोई जंती रूह ने साडा ते यकीन है, कोई जंती रूह ने, क्योंकि कदे वेखणा ते कितने ना सोचिया भी नहीं उन्हां बुरा कदे ਸਾਡੀ ਜ਼ਿੰਦਗੀ ਦੇ ਵਿੱਚ। ਅੱਲਾਹ ਪਾਕ ਉਹਨਾਂ ਨੂੰ ਮਜ਼ੀਦ ਜੰਨਤ ਵਿੱਚ ਬਿਹਤਰੀਨ ਮੰਜ਼ਿਲਾਂ ਤਾਂ ਕਰੇ। ਆਮੀਨ ਆਮੀਨ ਆਮੀਨ। ਵੈਸ ਸਾਹਿਬ ਨੂੰ ਮਜ਼ੀਦ ਤਰੱਕੀਆਂ ਦੇ। ਆਮੀਨ। ਬੜੀ ਖੁਸ਼ੀ ਹੋਈ ਕਿ ਉਹਨਾਂ, ਬੜੀ ਖੁਸ਼ੀ ਹੋਈ। ਜਜ਼ਾਕੱਲਾ ਜੀ। ਜਦੋਂ ਕੋਈ ਬੰਦਾ ਮੈਨੂੰ ਇਹ ਆਂਦਾ ਕਿ ਤੁਹਾਡਾ ਆਬੂ ਬੜਾ ਚੰਗਾ ਸੀ, ਅੱਲਾਹ ਉਹਨਾਂ ਨੂੰ ਜੰਨਤ ਨਸੀਬ ਕਰੇ, ਤੇ ਚਾਹ ਚੜ੍ਹਦਾ ਸੀਨਾ ਚੌੜਾ ਹੋ ਜਾਂਦਾ ਗੱਲ ਸੁਣ ਕੇ ਕਿ ਚਲੋ ਅਸੀਂ ਮਾੜੇ ਹੀ ਹੋਵਾਂਗੇ, ਅਸੀਂ ਐਬੀ ਹੋਵਾਂਗੇ, ਅਸੀਂ ਪਾਪੀ ਹੋਵਾਂਗੇ, ਲੇਕਿਨ ਸਾਨੂੰ ਕੋਈ ਇਹ ਧਿਆਨ ਦੇਣਾ ਕਿ ਤੁਸੀਂ ਇੱਕ ਚੰਗੇ ਪਿਓ ਦੇ ਪੁੱਤਰ ਹੋ। ਔਰ ਅੱਲਾਹ ਦੇ ਫਜ਼ਲ ਨਾਲ ਅਸੀਂ ਇਸ ਚੀਜ਼ ਦੀ ਗਵਾਹੀ ਦਿੰਦੇ ਹਾਂ। ਮਾਸ਼ਾਅੱਲਾ। ਤੇ ਅੱਬੂ ਹਰਾਂ ਨੂੰ ਅੱਲਾਹ ਪਾਕ ਦੀ ਜ਼ਾਤ ਜੰਨਤੁਲ ਫਿਰਦੌਸ ਚ ਆਲਾ ਮੁਕਾਮ ਅਤਾ ਫਰਮਾਏ। ਮਾਸ਼ਾਅੱਲਾ, ਉਹਨਾਂ ਇੱਕੋ ਸਕੂਲ ਦੇ ਵਿੱਚ ਬੜੀ ਸੋਹਣੀ ਡਿਊਟੀ ਕੀਤੀ। ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਵੇਖਣ ਵਾਲਿਆਂ ਸਾਰਿਆਂ ਨੂੰ ਸਲਾਮਤ ਰੱਖੇ। ਇਹ ਵੀਡੀਓ ਦੇ ਵਿੱਚ ਲੈਸਨ ਇਹ ਵੇ ਕਿ ਜਿਹੜੇ ਤੁਹਾਡੇ ਬਾਪ ਦੇ ਦੋਸਤ ਨੇ, ਚਾਹੇ ਤੁਹਾਡੇ ਅੱਬੂ ਜ਼ਿੰਦਾ ਨੇ, ਅਗਰ ਜ਼ਿੰਦਾ ਨੇ ਤਾਂ ਅੱਲਾਹ ਉਹਨਾਂ ਨੂੰ ਸਿਹਤ ਤੰਦਰੁਸਤੀ ਵਾਲੀ ਲੰਮੀ ਜ਼ਿੰਦਗੀ ਦੇ, ਅਗਰ ਫੌਤ ਹੋ ਗਏ ਨੇ ਤਾਂ ਅੱਲਾਹ ਗਰੀਬ ਕੇ ਰਹਿਮਤ ਕਰੇ, ਜੰਨਤੁਲ ਫਿਰਦੌਸ 'ਚ ਆਲਾ ਮੁਕਾਮ ਦੇਵੇ। ਇਹਦੇ 'ਚ ਲੈਸਨ ਇਹ ਵੇ ਕਿ ਜਿਹੜੇ ਤੁਹਾਡੇ ਅੱਬੂ ਦੇ ਦੋਸਤ ਨੇ ਨਾ, ਉਹਨਾਂ ਦੀ ਬੜੀ ਰਿਸਪੈਕਟ ਕਰਿਆ ਕਰੋ, ਬੜੀ ਹਯਾ ਕਰਿਆ ਕਰੋ, ਬੜੀ ਕਦਰ ਕਰਿਆ ਕਰੋ। ਬੱਚੇ, ਉਹ ਪਤਾ ਜੀ ਕੀ ਗੱਲ ਹੈ, ਜਦੋਂ ਤੁਸੀਂ ਕਿਸੇ ਵੀ ਵੱਡੇ ਬੰਦੇ ਦੇ ਨਾਲ ਕੋਈ ਭੈੜਾ ਬੋਲੋ ਦੇ, ਮਾੜਾ ਕੰਮ ਕਰੋ ਦੇ, ਉਹ ਤੁਹਾਨੂੰ ਤਾਂ ਭੈੜਾ ਆਖੇਦਾ ਹੀ ਆਖੇਦਾ, ਲੇਕਿਨ ਉਹ ਆਖੇਦਾ ਕਿ ਕਿਹੜੇ ਫਲਾਣੇ ਢੀਂਗੜੇ ਦਾ। ਸੋ ਕੰਮ ਇੰਜ ਦਾ ਕਰੋ ਕਿ ਤੁਹਾਡੀ ਵਜ੍ਹਾ ਤੋਂ ਤੁਹਾਡੇ ਵੱਡਿਆਂ ਦੀ ਇੱਜ਼ਤ ਹੋਵੇ, ਨਾ ਕਿ ਤੁਹਾਡੀ ਵਜ੍ਹਾ ਤੋਂ ਤੁਹਾਡੇ ਵੱਡਿਆਂ ਦੀ ਇਨਸਲਟ ਹੋਵੇ। ਸੋ ਦੂਜਾ ਲੈਸਨ ਇਹਦੇ ਵਿੱਚ ਇਹ ਵੇ ਕਿ ਅਗਰ ਤੁਸੀਂ ਵਕਤ ਚੰਗਾ ਗੁਜ਼ਾਰ ਕੇ ਜਾਂਦੇ ਹੋ, ਦੁਨੀਆਂ ਦੇ ਉੱਤੇ ਹੈ ਤਾਂ ਇੱਕੋ ਹੀ ਫੇਰਾ ਨਾ, ਲੇਕਿਨ ਅਗਰ ਚੰਗਾ ਦੁਨੀਆਂ ਦੇ ਉੱਤੇ ਵਕਤ ਗੁਜ਼ਾਰ ਕੇ ਜਾਂਦੇ ਹੋ, ਤਾਂ ਤੁਹਾਡੇ ਜਾਣ ਤੋਂ ਬਾਅਦ ਵੀ ਲੋਕ ਤੁਹਾਨੂੰ ਅੱਛੇ ਅਲਫਾਜ਼ ਦੇ ਨਾਲ ਯਾਦ ਕਰਨ, ਨਾ ਕਿ ਜਦੋਂ ਦੁਨੀਆਂ ਤੋਂ ਟੁਰ ਜਾਓ ਤਾਂ ਲੋਕ ਆਖਣ ਕਿ ਚੰਗਾ ਹੋਇਆ ਮਗਰੋਂ ਲੱਥਾ। ਸਾਡੇ ਨਾ ਵੇਖਣ ਦੇ ਵਿੱਚ ਇੱਕ ਐਸੀ ਗੱਲ ਆਈ ਹੈ ਕਿ ਬੰਦਾ ਬੜਾ ਨਾਮੀ ਗਰਾਮੀ, ਬੜਾ ਕੌੜਾ ਬੰਦਾ ਸੀ, ਉਹ ਜਦੋਂ ਮਰਿਆ ਨਾ, ਤਾਂ ਲੋਕਾਂ ਨੇ ਹਲਵਾ ਵੰਡਿਆ, ਖੀਰਾਂ ਵੰਡੀਆਂ, ਜ਼ਰਦਾ ਵੰਡਿਆ, ਯਾਨੀ ਖੁਸ਼ੀ ਮਨਾਈ। ਫਿਰ ਅਸਾਂ ਇੱਕ ਉਹ ਵੀ ਬੰਦਾ ਵੇਖਿਆ ਕਿ ਦੁਨੀਆਂ 'ਤੇ ਜਦੋਂ ਗਿਆ, ਤਾਂ ਯਕੀਨ ਕਰੋ ਕਿ ਲੋਕਾਂ ਦੇ ਪੱਕੇ ਖਾਣੇ, ਰੋਟੀਆਂ ਪੱਕੀਆਂ ਰਹਿ ਗਈਆਂ, ਲੋਕ ਆਉਂਦੇ ਹੁਣ ਸੰਗੋਂ ਥੱਲੇ ਹੀ ਨਹੀਂ ਲੰਘਦਾ ਪਿਆ। ਸੋ ਜੀਓ ਤੋ ਐਸੇ ਕਿ ਜ਼ਿੰਦਗੀ ਕੋ ਵੀ ਰਸ਼ਕ ਆਏ, ਮਰੋ ਤੋ ਮੌਤ ਵੀ ਕਹੇ ਇਹ ਕੌਣ ਮਰ ਗਿਆ। ਜੇ ਗੱਲ ਚੰਗੀ ਲੱਗੇ ਤਾਂ ਅਗਾਂਹ ਸ਼ੇਅਰ ਲਾਜ਼ਮੀ ਕਰ ਛੜਿਓ। ਆਪਣਾ ਬੜਾ ਖਿਆਲ ਰੱਖਿਓ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁਲ।